ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ, ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ, ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ, ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿੰਦਾਬਾਦ, ਸੋਨੀਆ ਗਾਂਧੀ ਜਿੰਦਾਬਾਦ, ਰਾਹੁਲ ਗਾਂਧੀ ਜਿੰਦਾਬਾਦ, ਪ੍ਰਿਯੰਕਾ ਗਾਂਧੀ ਜਿੰਦਾਬਾਦ, ਪੰਜਾਬ ਕਾਂਗਰਸ ਪਾਰਟੀ ਜਿੰਦਾਬਾਦ, ਨਵਜੋਤ ਸਿੰਘ ਸਿੱਧੂ ਜਿੰਦਾਬਾਦ, ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ, ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ, ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ। ਹਾਈਕਮਾਂਡ ਨੇ ਜੋ ਫੈਸਲਾ ਕੀਤਾ, ਫੈਸਲਾ ਦਰੁਸਤ ਆ, ਸਿਰ ਮੱਥੇ ਆ, ਬਹੁਤ ਵਧੀਆ ਇਹਦੇ ਨਾਲ ਰਿਜ਼ਲਟ ਆਉਣੇ 2022 ਦੇ। ਔਰ ਜਿਹੜਾ ਕੁਛ ਕੰਮ ਰਹਿ ਗਏ ਸੀ, ਕੋਈ 10-15%, ਉਹ ਕੰਮ ਇਹਨਾਂ 4 ਮਹੀਨਿਆਂ ਦੇ ਵਿੱਚ ਸਾਡੇ ਮਾਣਯੋਗ ਨਵੇਂ ਚੁਣੇ ਗਏ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉਹ ਪੂਰੇ ਕਰਨਗੇ। ਲੇਕਿਨ ਕੱਲ੍ਹ ਦੀ ਜੋ ਜਿਸ ਤਰ੍ਹਾਂ ਕਿ ਹੇਰ ਫੇਰ ਚੱਲ ਰਿਹਾ ਸੀ, ਘੰਟੇ ਘੰਟੇ ਬਾਅਦ ਹੇਰ ਬਦਲ ਫੇਰ ਹੋ ਰਹੀ ਸੀਗੀ, ਕਿਸ ਤਰ੍ਹਾਂ ਦੇਖਦੇ ਹੋ? ਇੱਕ ਚਿਹਰਾ ਸਾਹਮਣੇ ਆਇਆ ਕਿ ਹੁਣ ਜਿਹੜਾ ਦਲਿਤ ਸੀਮ ਅੱਗੇ ਕੀਤਾ ਗਿਆ। ਦੇਖੋ, ਇੱਕ ਨਗਰ ਨੇ ਆਪਦਾ ਸਰਪੰਚ ਵੀ ਚੁਣਨਾ ਹੋਵੇ, ਤਾਂ ਵੀ ਸਾਰੇ ਪਿੰਡ ਨੂੰ 2-4-5 ਦਿਨ ਲੱਗਦੇ ਆ ਕਿ ਕਿਹੜਾ ਸਾਡੇ ਪਿੰਡ ਦਾ ਵਿਕਾਸ ਕਰਾ ਸਕਦਾ। ਸੋ ਬਹੁਤ ਵੱਡਾ ਕੰਮ ਸੀ। ਪੰਜਾਬ ਜਿਹੜਾ ਸਰਹੱਦੀ ਸੂਬਾ, ਇਹਦੇ ਵਿੱਚ ਕਈ ਦਰਪੇਸ਼ ਮੁਸ਼ਕਲਾਂ, ਕਿਉਂਕਿ ਸਾਡਾ ਜਿਹੜਾ ਗੁਆਂਢੀ ਮੁਲਕ ਆ ਉਹ ਸਮੇਂ ਸਮੇਂ 'ਤੇ ਬੜੀ ਸ਼ਰਾਰਤ ਕਰਦਾ ਰਹਿੰਦਾ। ਇਹਦੇ ਲਈ ਬੜਾ ਸੋਚ ਸਮਝ ਕੇ ਜਿਹੜਾ ਮੁੱਖ ਮੰਤਰੀ ਬਣਾਉਣਾ ਸੀ ਉਹ ਬਣਾਉਣਾ ਪੈਣਾ ਸੀ। ਔਰ ਬੜੀ ਖੁਸ਼ੀ ਆ ਕਿ ਕਾਂਗਰਸ ਪਾਰਟੀ ਨੇ ਪਹਿਲ ਕਰਦੇ ਹੋਏ ਦਲਿਤ ਜਿਹੜਾ ਪੜ੍ਹਿਆ ਲਿਖਿਆ ਇਨਸਾਨ ਆ, ਜਿਹਨੂੰ ਲੋਕਾਂ ਦੇ ਹੇਠਲੇ ਤਬਕੇ ਤੋਂ ਲੈ ਕੇ ਉੱਪਰ ਤੱਕ ਕੀ ਕੰਮ ਹੋਣ ਵਾਲੇ ਰਹਿੰਦੇ ਆ, ਉਹ ਸਾਰਾ ਕੁਛ ਪਤਾ। ਨਾਲੇ ਉਹ ਦਲਿਤ ਆ, ਨਾਲੇ ਉਹ ਸਿੱਖ ਚਿਹਰਾ, ਔਰ ਹਿੰਦੂ ਚਿਹਰੇ ਦੇ ਤੌਰ 'ਤੇ ਵੀ OP ਸੋਨੀ ਜੀ, ਔਰ ਜੱਟ ਸਿੱਖ ਭਾਈਚਾਰੇ ਦੇ ਤੌਰ 'ਤੇ ਵੀ ਰੰਧਾਵਾ ਸਾਹਿਬ ਅਤੇ ਪ੍ਰਧਾਨ ਪਹਿਲਾਂ ਹੀ ਬਣਾ ਕੇ ਹਟੇ ਨਵਜੋਤ ਸਿੰਘ ਸਿੱਧੂ। ਇਹ ਸਾਰਿਆਂ ਦੀ ਜਿਹੜੀ ਟੀਮ ਆ, ਸਾਡੇ 4 ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਦੇ, ਪ੍ਰਧਾਨ ਸਾਹਿਬ ਸਿੱਧੂ ਸਾਹਿਬ, ਸਾਡੇ ਖਜ਼ਾਨੇ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਹੁਤ ਵਧੀਆ ਟੀਮ ਬਣ ਗਈ ਆ ਔਰ ਕੰਮ ਕਰਨ ਵਾਲੀ ਟੀਮ ਆ, ਔਰ ਕਾਂਗਰਸ ਨੂੰ ਇਹ ਟੀਮ ਅੱਗੇ ਲੈ ਕੇ ਜਾਊਗੀ।